ਮੰਨ ਰਿਹਾ ਮਾਸ਼ਾਅੱਲਾ ਜੀ, ਅੱਜ ਲੰਗਰ ਪੱਕਣ ਲੱਗਾ ਜਿਹਨੂੰ ਆਪਣੀ ਜ਼ਿੰਦਗੀ ਦਾ ਸਪੈਸ਼ਲ ਲੰਗਰ। ਲੰਗਰ ਦੇ ਨਾਲ ਨਾਲ 35 ਤੋਂ 40 ਬੱਚੇ ਥੱਲੇ ਛੋਟੇ ਛੋਟੇ ਕਰਾਣੇ ਪਾਕ ਪੜ੍ਹਦੇ ਪਏ ਨੇ, ਉਹਨਾਂ ਵਾਸਤੇ ਅੱਜ ਇਨਾਮ ਦਾ ਪ੍ਰੋਗਰਾਮ ਕੀਤਾ। ਮਾਸ਼ਾਅੱਲਾ ਜੀ, ਲੰਗਰ ਵੀ ਤਿਆਰ ਹੋ ਗਿਆ, ਬੱਚੇ ਵੀ ਆ ਗਏ ਨੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਅੱਜ ਦਾ ਲੰਗਰ ਬੜਾ ਸਪੈਸ਼ਲ ਲੰਗਰ ਹੈਗਾ। ਮਾਸ਼ਾਅੱਲਾ ਜੀ, ਇਹ ਸਾਰਾ ਨਿਜ਼ਾਮ ਹੈ, ਛੋਟੇ ਛੋਟੇ ਸਟਾਫ ਨੇ, ਇਹ ਸਭ ਲੋਕ ਸਾਡੀਆਂ ਪੋਤਰੀਆਂ ਨੇ, ਪੋਤਰੇ ਨੇ, ਦੋਤਰੇ ਨੇ, ਕਿਸੇ ਨੂੰ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਹੈ। ਖਾਨੀ ਦੇ ਵਿੱਚ ਇਹਦਾ 6ਵਾਂ ਨੰਬਰ ਹੈ। ਦੁਆ ਕਰਦੇ ਹਾਂ ਜਿਤਨੇ ਵੀ ਮੀਰ ਮੇਰੇ ਸਾਥ ਅਮਲ ਕਰਨ ਵਾਲੇ ਹਨ, ਤਮਾਮ ਕੇ ਕਾਰੋਬਾਰ ਮੇ ਰੋਜ਼ੀ ਰਿਸਕ ਮੇ ਬਰਕਤ ਏ ਰਹਿਮਤ ਨਾਜ਼ਿਲ ਫਰਮਾ। ਇਹਦੇ ਤਮਾਮ ਸਪੈਸ਼ਲ ਪ੍ਰੋਗਰਾਮ ਹੈ, ਮੇਰੇ ਸਾਰੇ ਭੈਣ ਭਰਾ ਜਿਹੜੇ ਨਾਲ ਨੇ ਜਾਂ ਜਿਹੜੇ ਨਾਲ ਨੇ ਉਹਨਾਂ ਵਾਸਤੇ ਖਸੂਸੀ ਪ੍ਰੋਗਰਾਮ ਹੈ, ਉਹਨਾਂ ਵਾਸਤੇ ਦੁਆ ਖੈਰ ਦੀ ਪ੍ਰੋਗਰਾਮ ਹੋ ਰਿਹਾ ਥੱਲੇ। ਤੁਹਾਨੂੰ ਨਜ਼ਰ ਆ ਰਹੇ ਨੇ ਟੱਪ ਨੇ, ਇਨਾਮ ਹੈਗੇ ਨੇ ਵਿੱਚ, ਇਹ ਸਿਰਫ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਹੈ, ਤੁਹਾਡੀ ਕਮਾਈ ਹੈ। ਲੰਗਰ ਦੇ ਨਾਲ ਨਾਲ ਥੱਲੇ ਛੋਟੇ ਛੋਟੇ ਬੱਚੇ, ਮਾਸ਼ਾਅੱਲਾ ਇੱਕ ਸਾਲ ਹੋ ਗਿਆ ਕਰਾਣੇ ਪਾਕ ਪੜ੍ਹਦੇ, 40 ਤੋਂ 45 ਬੱਚੇ ਹੋ ਗਏ ਨੇ। ਥੋੜ੍ਹਾ ਜਿਹਾ ਸਰਕਟ ਡਾਊਨ ਹੋ ਗਿਆ ਸੀ, ਜਿਸ ਵਜ੍ਹਾ ਤੋਂ ਇਹ ਸੋਚਿਆ ਕਿ ਚਲੋ 4 ਪੈਸੇ ਸਾਨੂੰ ਇਹ ਯੂਟਿਊਬ ਤੋਂ ਆਉਣਗੇ। 4 ਸਾਲ ਹੋ ਗਏ, ਅਜੇ ਤੱਕ ਕੋਈ ਪੈਸਾ ਨਹੀਂ ਆਇਆ, ਮਗਰ ਅੱਲਾ ਦਾ ਸ਼ੁਕਰ ਹੈ ਤੁਸੀਂ ਜਿੰਦੇ ਵਾਸਤੇ ਰਹੋ, ਤੁਹਾਡੀ ਬਹੁਤ ਸਖ਼ਤ ਜ਼ਰੂਰਤ ਹੈ, ਅੱਲਾ ਤਾਲਾ ਤੁਹਾਨੂੰ ਬਹੁਤ ਦੇ ਕੇ ਲੰਗਰ ਪੱਕਣ ਲੱਗਾ ਜਿਹਨੂੰ ਆਪਣੀ ਜ਼ਿੰਦਗੀ ਦਾ ਸਪੈਸ਼ਲ ਲੰਗਰ। ਅੱਜ ਮਾਸ਼ਾਅੱਲਾ ਜਿਹੜੇ ਥੱਲੇ ਛੋਟੇ ਛੋਟੇ ਬੱਚੇ ਕਰਾਣੇ ਪਾਕ ਪੜ੍ਹਦੇ ਨੇ, ਮਾਸ਼ਾਅੱਲਾ 4 ਤੋਂ 5 ਦਿਨ ਤੋਂ ਉਹਨਾਂ ਦਾ ਇੱਕ ਮੁਕਾਬਲਾ ਹੋ ਰਿਹਾ ਸੀ, ਜਿਹਦੇ 'ਚ ਦਰੂਦੇ ਪਾਕ ਸਭ ਤੋਂ ਜ਼ਿਆਦਾ ਪੜੇਗਾ, ਸੂਰਤਾਂ ਸਭ ਤੋਂ ਜ਼ਿਆਦਾ ਪੜੇਗਾ, ਉਸ ਤੋਂ ਇਲਾਵਾ ਜਿਹਨੇ ਕਰਾਣੇ ਪਾਕ ਹਿਫਤ ਕੀਤਾ, ਜਿਨ੍ਹਾਂ ਨੇ ਸਪਾਰੇ ਪੜ੍ਹੇ ਨੇ, ਉਹਨਾਂ ਨੂੰ ਇਹ ਛੋਟੇ ਛੋਟੇ ਇਨਾਮ ਨੇ, ਕੁਛ ਵੀ ਨਹੀਂ ਹੈ ਉਹਨਾਂ ਵਾਸਤੇ। ਅੱਜ ਪ੍ਰੋਗਰਾਮ ਹੈ ਇਨਾਮ ਦਾ, ਅਤੇ ਜਿਨ੍ਹਾਂ ਨੇ ਲੱਖਾਂ 'ਤੇ ਕਰੋੜਾਂ ਦਰੂਦੇ ਪਾਕ ਪੜ੍ਹਿਆ, ਤੁਹਾਨੂੰ ਥੱਲੇ ਦਿਖਾਉਂਦੇ ਹਾਂ ਜੀ ਛੋਟੇ ਛੋਟੇ ਬੱਚੇ, ਪਹਿਲੇ ਉਹਨਾਂ ਲਈ ਥੋੜ੍ਹਾ ਜਿਹਾ ਲੰਗਰ ਪਕਾ ਲਈਏ, ਫਿਰ ਤੁਹਾਨੂੰ ਦਿਖਾਉਂਦੇ ਹਾਂ। ਅੱਲਾ ਖੈਰ 'ਚ। ਮਾਸ਼ਾਅੱਲਾ ਜੀ, ਅਦਰਕ ਲਸਣ ਦਾ ਪੇਸਟ, ਇਮਲੀ ਪਾਉਂਦੇ ਹਾਂ, ਅਚਾਰ ਪਾਉਂਦੇ ਹਾਂ, ਅੱਲਾ ਤਾਲਾ ਸਾਨੂੰ ਸੋਹਣਾ ਦੇ ਰਿਹਾ, ਅਤੇ ਸੋਹਣਾ ਕਿਉਂ ਨਾ ਖਵਾਈਏ। ਲਿਆ ਅਚਾਰ, ਬਸ ਮੈਸੇਜ ਇਹੋ ਹੀ ਹੈ, ਇਸ ਲੰਗਰ 'ਚ ਸ਼ਾਮਿਲ ਹੋ ਜਾਓ। ਅੱਲਾ ਦੇ ਰਾਹ ਦਾ ਕੰਮ ਹੈ, ਮੇਰੀ ਡਿਊਟੀ ਲੱਗੀ ਹੈ, ਜਿੰਨੀ ਦੇਰ ਮੇਰੀ ਜ਼ਿੰਦਗੀ ਹੈ ਮੈਂ ਡਿਊਟੀ ਦੇਵਾਂਗਾ, ਜਿੰਨੀ ਦੇਰ ਤੁਹਾਡਾ ਭੈਣ ਭਰਾਵਾਂ ਦੀ ਸਪੋਰਟ ਹੈ ਇਹ ਲੰਗਰ ਪੱਕਦਾ ਰਹੇਗਾ।
ਜਿੰਨੀ ਦੇਰ ਅੱਲਾ ਦੀ ਮਨਜ਼ੂਰੀ ਹੈ ਲੰਗਰ ਪੱਕਦਾ ਰਹੇਗਾ, ਜਿੰਨੀ ਦੇਰ ਸਿਹਤ 'ਤੇ ਲੰਗਰ ਪੱਕਦਾ ਰਹੇਗਾ, ਅੱਲਾ ਖੈਰ ਜੀ। 15 ਤੋਂ 20 ਮਿੰਟ ਦਮ ਲਾਉਂਦੇ ਹਾਂ ਜੀ, ਅੱਲਾ ਖੈਰ, ਅੱਲਾ ਖੈਰ ਕਹਿੰਦੇ 15 ਤੋਂ 20 ਮਿੰਟ ਦਮ ਲਾ ਕੇ ਫਿਰ ਲੰਗਰ ਦੀ ਤਕਸੀਮ ਕਰਨੇ ਆ ਜੀ। ਬਾਕੀ ਮਾਸ਼ਾਅੱਲਾ ਜੀ, ਇਹ ਸਾਰਾ ਨਿਜ਼ਾਮ ਹੈ, ਛੋਟੇ ਛੋਟੇ ਸਟਾਫ ਨੇ, ਇਹ ਸਭ ਲੋਕ ਸਾਡੀਆਂ ਪੋਤਰੀਆਂ ਨੇ, ਪੋਤਰੇ ਨੇ, ਦੋਤਰੇ ਨੇ, ਕਿਸੇ ਨੂੰ ਤੁਹਾਡੇ ਭੈਣ ਭਰਾਵਾਂ ਦੀ ਬਤਾ ਦੇ ਮਾਸ਼ਾਅੱਲਾ ਜੀ। ਲੰਗਰ ਵੀ ਤਿਆਰ ਹੋ ਗਿਆ, ਬੱਚੇ ਵੀ ਆ ਗਏ ਨੇ ਮਾਸ਼ਾਅੱਲਾ ਜੀ। ਬਸ ਅੱਲਾਹ ਤਾਲਾ ਪਤਾ ਨਹੀਂ ਨਾ ਬੱਚਿਆਂ ਦੀ ਬਦੌਲਤ ਸਾਨੂੰ ਦੇ ਰਿਹਾ ਅਤੇ ਅਸੀਂ ਖਾ ਰਹੇ ਹਾਂ ਮਾਸ਼ਾਅੱਲਾ ਜੀ। ਅੱਜ ਦਾ ਲੰਗਰ ਬੜਾ ਸਪੈਸ਼ਲ ਲੰਗਰ ਹੈਗਾ। ਬਸ ਇਹੋ ਹੀ ਦਰਖਾਸਤ ਹੈ ਕਿ ਚੈਨਲ ਨੂੰ ਵੇਖੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਇਹਨਾਂ ਬੱਚਿਆਂ ਵਾਸਤੇ ਜਿੰਦ ਜਾਨ ਹਾਜ਼ਰ ਹੈ। الشمس والقمر بحسبان والنجم والشجر يسجدان ما شاء الله جی نعت خان دے وچ افل آیا ما شاء الله جی چھوٹا جا سلسلہ بنایا ہے ਮਾਸ਼ਾਅੱਲਾ। ਛੋਟੇ ਛੋਟੇ ਬੱਚੇ ਕੁਰਾਨ ਪਾਕ ਨਾਤ ਖਾਨੀ ਮੁਕੰਮਲ ਅੱਲਾਹ ਦਾ ਜ਼ਿਕਰ ਹੁੰਦਾ ਹੈ, ਸਿਰਫ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਹੈ। ਬਸ ਮੈਂ ਮਿਹਨਤ ਕਰ ਰਿਹਾ, ਅੱਲਾਹ ਤਾਲਾ ਸਾਡਾ ਸਾਰਾ ਕਬੂਲ ਕਰੇ, ਆਮੀਨ। ਨੇ ਨਾਤ ਖਾਨੀ ਦੇ ਵਿੱਚ ਇਹਦਾ 6ਵਾਂ ਨੰਬਰ ਹੈ। ਚਲੋ ਕੋਈ ਵੀ ਨਾ ਰਵੇ ਕਰਨੇ, ਲਿਆ ਇੱਧਰ ਆ ਤੂੰ ਵੀ, ਆਜੋ 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 ਇੱਧਰ ਦੇਖੋ ਮਾਸ਼ਾਅੱਲਾ ਜੀ। ਇਹਨਾਂ ਬੱਚਿਆਂ ਨੇ ਦਰੂਦੇ ਪਾ ਕਲਮਾ ਸ਼ਰੀਫ ਮਾਸ਼ਾਅੱਲਾ ਪੂਰਾ ਜੋ ਵੀ ਨਿਜ਼ਾਮ ਹੈ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਪੜ੍ਹਿਆ, ਇਹਨਾਂ ਨੂੰ ਅੱਜ ਇਨਾਮ ਦਿੱਤਾ ਜਾ ਰਿਹਾ। ਅਤੇ ਬਸ ਅਸੀਂ ਕੁਛ ਵੀ ਨਹੀਂ ਦੇ ਸਕਦੇ, ਸਿਰਫ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਹੈ, ਅੱਲਾਹ ਤਾਲਾ ਸਾਡਾ ਸਾਰਾ ਨਿਜ਼ਾਮ ਸਿਲਸਿਲਾ ਕਬੂਲ ਕਰੇ ਮਾਸ਼ਾਅੱਲਾ। 35 ਤੋਂ 40 ਬੱਚੇ ਨੇ ਜਿਹੜੇ ਕੁਰਾਨੇ ਪਾਕ ਪੜ੍ਹਦੇ ਨੇ, ਅਤੇ ਜੋ ਲੰਗਰ ਇਹਨਾਂ ਦਾ ਇੰਤਜ਼ਾਮ ਕਰ ਦਿੰਦਾ, ਮੈਂ ਕੌਣ ਉਹਨਾਂ ਕਰ, ਅੱਲਾਹ ਤਾਲਾ ਕਬੂਲ ਕਰੇ ਜੀ, ਆਮੀਨ। ਸਾਡੇ ਕਾਰੀ ਸਾਹਿਬ ਨੇ ਜੀ ਮੈਸੇਜ ਇਹੋ ਹੀ ਹੈ ਕਿ ਬਸ ਤੁਸੀਂ ਇਸ ਲੰਗਰ 'ਚ ਸ਼ਾਮਿਲ ਹੋ ਜਾਓ। ਚੰਦ ਲੋਕ ਪਿੱਛੇ ਹਟੇ ਨੇ, ਦੋਸਤ ਵਗੈਰਾ ਕੋਈ ਮੰਗਿਆਈ ਜਾਂ ਕੋਈ ਪਰੇਸ਼ਾਨੀ ਦੀ ਵਜ੍ਹਾ ਨਾਲ, ਅੱਲਾਹ ਤਾਲਾ ਉਹਨਾਂ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਜੋ ਵੀ ਤਕਲੀਫ ਉਹਨਾਂ ਦੀਆਂ ਦੂਰ ਕਰੇ, ਉਹ ਦੁਬਾਰਾ ਵਿੱਚ ਆ ਜਾਣ ਲੰਗਰ ਦੇ ਵਿੱਚ। ਲਿਹਾਜ਼ਾ ਅੱਲਾਹ ਦੀ ਜ਼ਾਤ, ਸਾਡਾ ਜਿਹੜਾ ਚੈਨਲ ਹੈ 4 ਸਾਲ ਤੋਂ ਚੈਨਲ, ਉਹਦੇ 'ਚੋਂ ਅਜੇ ਤੱਕ ਕੋਈ ਬੈਨੀਫਿਟ ਨਹੀਂ ਮਿਲਿਆ। ਅੱਲਾਹ ਕਰੇ ਸਾਨੂੰ ਕੋਈ 4 ਪੈਸੇ ਉਸ ਚੈਨਲ ਦੇ ਵਿੱਚੋਂ ਵੀ ਆਉਣ, ਅਤੇ ਸਾਡਾ ਮਜ਼ੀਦ ਲੰਗਰ 'ਚ ਇਜ਼ਾਫਾ ਹੋ ਜਾਵੇ। ਅੱਲਾਹ ਕਬੂਲ ਕਰੇ, ਅੱਲਾਹ ਤਾਲਾ ਮੈਨੂੰ ਵੀ ਸਿਹਤ ਦੇ ਜੀ, ਆਮੀਨ। ਅੱਲਾਹ ਖੈਰ ਬਰਕਤ ਰਹਿਮਤ ਨਾਜ਼ਿਲ ਫਰਮਾ, ਇਨਕੇ ਤਮਾਮ ਦੋਸਤੋ ਕੀ ਖੈਰ ਫਰਮਾ, ਅੱਲਾਹ ਤਮਾਮ ਕੇ ਵਾਲਿਦੈਨ ਕੀ ਵੀ ਖੈਰ ਫਰਮਾ, ਅੱਲਾਹ ਤਮਾਮ ਕੋ ਮਜ਼ੀਦ ਹੌਸਲਾ ਔਰ ਮਜ਼ੀਦ ਯਾ ਰਹਿਮ ਰਹੀਮ ਨੇਕੀ ਕਰਨੇ ਕੀ ਤੌਫੀਕ ਅਤਾ ਫਰਮਾ, ਇਨਕੇ ਮਜ਼ੀਦ ਜਜ਼ਬਾ ਅਤਾ ਫਰਮਾ।
یار مرامین کی محبتوں کو سب کے اللہ جتنے بھی پریشان حال ہے تمام کی پریشانیوں کو فرما، ہمارے بین بھائی کو لمبی زندگی عطا فرما، یا اللہ.